ਹਲਕਾ ਫਿਲੌਰ ਅਧੀਨ ਆਉਂਦੇ ਪਿੰਡ ਲੇਹਲ ਵਿਖੇ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਕੇ ਪਿੰਡ ਦੀ ਭਾਈਚਾਰਕ ਸਾਂਝ, ਏਕਤਾ ਅਤੇ ਸਦਭਾਵਨਾ ਦਾ ਸਬੂਤ ਦਿੱਤਾ ਹੈ। ਸਮੂਹ ਪਿੰਡ ਵਾਸੀਆਂ ਨੇ ਭਰਵੀਂ ਮੀਟਿੰਗ ਕਰਕੇ ਸਰਪੰਚ ਸਰਬਜੀਤ ਕੌਰ, ਪਤਨੀ ਗੁਦਾਵਰ ਸਿੰਘ, ਪੰਚ ਮਹਿੰਦਰ ਪਾਲ, ਪੰਚ ਜਰਨੈਲ ਸਿੰਘ, ਪੰਚ ਪਰਮਜੀਤ ਕੌਰ, ਪੰਚ ਬਲਵਿੰਦਰ ਕੌਰ, ਪੰਚ ਕਮਲਜੀਤ ਕੌਰ, ਪੰਚ ਗੁਰਚਰਨ ਸਿੰਘ ਅਤੇ ਪੰਚ ਸੋਢੀ ਸਿੰਘ ਨੂੰ ਸਰਬਸੰਮਤੀ ਚੁਣਿਆ ਗਿਆ। ਇਸ ਮੌਕੇ ਨਵੀਂ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜਿਸ ਮਾਣ ਨਾਲ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਹ ਉਹਨਾਂ ਦੀਆਂ ਆਸਾਂ ਤੇ ਖਰੇ ਉਤਰਨਗੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਪਿੰਡ ਦਾ ਵਿਕਾਸ ਕਰਵਾਉਣਗੇ। ਇਸ ਦੌਰਾਨ ਜਿੱਥੇ ਪਿੰਡ ਵਾਸੀਆਂ ਨੇ ਨਵੀਂ ਬਣੀ ਪੰਚਾਇਤ ਨੂੰ ਵਧਾਈਆਂ ਦਿੱਤੀਆਂ, ਉੱਥੇ ਹੀ ਗੁਰੂ ਘਰ ਦੀ ਬਖਸ਼ਿਸ਼ ਸਰੋਪੇ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਪਰਮਜੀਤ ਸਿੰਘ, ਗੁਰਬਖਸ਼ ਸਿੰਘ, ਦਲਜੀਤ ਸਿੰਘ, ਇੰਦਰਜੀਤ ਸਿੰਘ, ਜੁਗਿੰਦਰ ਸਿੰਘ ਕੈਪਟਨ, ਹਰਜਿੰਦਰ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਓਂਕਾਰ ਸਿੰਘ ਆਦਿ ਹਾਜ਼ਰ ਸਨ। ਮੈਂ ਸਰਬਜੀਤ ਕੌਰ, ਮੈਨੂੰ ਪਿੰਡ ਲੇਲ ਕਲਾਂ ਵਾਲਿਆਂ ਨੇ ਸਰਬਸੰਮਤੀ ਦੇ ਨਾਲ ਆਪਣਾ ਸਰਪੰਚ ਚੁਣਿਆ ਹੈ। ਮੈਂ ਪਿੰਡ ਵਾਲਿਆਂ ਦੀ ਬਹੁਤ ਧੰਨਵਾਦੀ ਹਾਂ। ਮੈਂ ਇਹ ਆਸ ਕਰਦੀ ਹਾਂ ਕਿ ਆਉਣ ਵਾਲੇ ਇਹਨਾਂ 5 ਸਾਲਾਂ ਵਿੱਚ ਅਸੀਂ ਸਾਰੇ ਪੰਚ ਅਤੇ ਸਰਪੰਚ ਰਲ ਕੇ ਪਿੰਡ ਦੀ ਤਰੱਕੀ ਦੇ ਸਾਰੇ ਕੰਮ ਕਰਾਂਗੇ। ਅਸੀਂ ਸਾਰੀ ਪੰਚਾਇਤ ਪਿੰਡ ਲੇਲ ਕਲਾਂ ਵਾਲਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅੱਜ ਅਸੀਂ ਲੇਲ ਨਗਰ ਨਿਵਾਸੀਆਂ ਨੇ ਆਪਣੇ ਪਿੰਡ ਦੀ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ, ਜਿਸ ਵਿੱਚ ਬੀਬੀ ਸਰਬਜੀਤ ਕੌਰ ਸਰਪੰਚੀ ਲਈ, ਵਾਈਫ ਆਫ ਗਦਾਵਰ ਸਿੰਘ ਜੀ ਉਹਨਾਂ ਨੂੰ ਸਰਪੰਚੀ ਲਈ ਚੁਣਿਆ ਗਿਆ ਅਤੇ ਬਾਕੀ ਸਾਰੇ ਹੀ ਪੰਚ ਸਰਬਸੰਮਤੀ ਨਾਲ ਚੁਣੇ ਹਨ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਪੰਚਾਇਤ ਹੈ ਜਿਹੜੀ, ਇਹ ਸਾਰੇ ਹੀ ਵਾਰਡਾਂ ਦਾ, ਜਿੰਨੇ ਵੀ ਵਾਰਡ ਹਨ ਪਿੰਡ ਦੇ ਵਿੱਚ, ਸਾਰੇ ਵਾਰਡਾਂ ਦਾ ਸਰਬਪੱਖੀ ਵਿਕਾਸ ਕਰਨਗੇ, ਕਿਸੇ ਨਾਲ ਵਿਤਕਰਾ ਨਹੀਂ ਕਰਨਗੇ। ਇਹ ਚੋਣ ਜਿਹੜੀ ਸਰਬਸੰਮਤੀ ਨਾਲ ਆ, ਇਸ ਦੇ ਵਿੱਚ ਸਰਦਾਰ ਚੂੜ ਸਿੰਘ ਦਾ ਖਾਸ ਯੋਗਦਾਨ ਰਿਹਾ, ਜਿਨ੍ਹਾਂ ਨੇ ਮੇਨ ਉਪਰਾਲਾ ਕਰਕੇ ਇਹ ਪੰਚਾਇਤ ਚੁਣੀ ਹੈ ਤਾਂ ਜੋ ਪਿੰਡ ਦੇ ਵਿੱਚ ਕਿਸੇ ਕਿਸਮ ਦਾ ਕੋਈ ਝਗੜਾ ਨਾ